ऐसे संत ऐसे संत
ऐसे संत सदा सदा फिरे अभिवानी
कैसे संग नामों को भावे चिट्टे जिनके कपड़े अंदर जिनके कपट वसे अंदर जिनके कपट वसे बाहरों संत कहाए राग आसा विच दूजा शब्द है पिछले हफ्ते बिना गिनती सी मुंडले रूप में बाबा कबीर जी ने बड़े पेट खोले ने कल वाला शब्द भी बड़ा रंगीन वाला सी और एक लाभ यह है कि कोई शब्द जो मैं आप करा कई बार ख्याल आता है भी खबर है एक अपनी विचारधारा दे कोई शब्द चोन कर हूं चल रही है लड़ी जेड़ा शब्द लड़ी पा रखे होना है वो विचार अज वाले शब्द दे पावका आम करके सुने जाते जेड़े लोग भी ਪੇਖ ਦੇ ਪਖੰਡ ਦੇ ਵਿਰੁੱਧ ਕੋਈ ਗੱਲ ਕਰਦੇ ਨੇ ਉਹ ਅਕਸਰ ਇਸ ਲਾਈਨ ਨੂੰ ਪੜ੍ਹਦੇ ਨੇ ਬੜੀਆਂ ਕੁਝ ਲਾਈਨਾਂ ਮਸ਼ਹੂਰ ਹੋ ਜਾਂਦੀਆਂ ਪਰ ਅੱਜ ਅਸੀਂ ਕੇਵਲ ਲਾਈਨਾਂ ਹੀ ਨਹੀਂ ਪੜ੍ਹਨੀਆਂ ਇਹਦੇ ਵਿਚਲੇ ਜੋ ਰਮਜ਼ਾਂ ਨੇ ਜੋ ਵੱਖ ਵੱਖ ਲਫ਼ਜ਼ਾਂ 'ਤੇ ਆਧਾਰਿਤ ਸਿਧਾਂਤ ਨੇ ਉਹਨਾਂ ਨੂੰ ਸਮਝਣਾ ਕਿਉਂਕਿ ਇਹ ਨਿੰਦਾ ਨੇ ਕਈ ਲੋਕ ਕਹਿੰਦੇ ਨੇ ਲੋ ਗੁਰੂ ਸਾਹਿਬ ਕਹਿੰਦੇ ਨੇ ਸੰਤ ਕੀ ਨਿੰਦਾ ਨਾਨਕਾ ਬਹੁਤ ਬਹੁਤ ਅਵਤਾਰ ਕੀ ਆਖੋਗੇ ਬਾਬਾ ਕਬੀਰ ਸੰਤ ਦਾ ਨਿੰਦਕ ਸੀ ਸਾਰਾ ਸ਼ਬਦ ਪੜ੍ਹ ਲਓ ਅਸੀਂ ਰਮਜ਼ ਸਮਝਦੇ ਉਹ ਹੈ ਇਹਦਾ ਪਿਛੋਕੜ ਲੱਭਣਾ ਫਿਰ ਸਾਡੇ ਕੋਲ ਇੱਥੇ ਦੂਰ ਹੋਣਗੇ ਸਾਡਾ ਮਕਸਦ ਵੀ ਇੱਥੇ ਆ ਜਿਹੜਾ ਲਫ਼ਜ਼ ਹੈ ਨਾ ਐਸੇ ਸੰਤ ਨਾ ਮੋਕੋ ਭਾਵੇ ਆ ਐਸੇ ਲਫ਼ਜ਼ ਜਿਹੜਾ ਇਹ ਬੜੀ ਵੱਡੀ ਰਮਜ਼ ਹੈ ਐਸੇ ਲਫ਼ਜ਼ ਦੇ ਨਾਲ ਜੁੜਵੇਂ ਮਿਲਵੇਂ ਸੰਬੰਧ ਰੱਖਣ ਵਾਲੇ ਤਿੰਨ ਚਾਰ ਸ਼ਬਦ ਨੇ ਐਸਾ ਵੈਸਾ ਜੈਸਾ ਕੈਸਾ ਹੈ ਇਕੱਲਾ ਲਫ਼ਜ਼ ਐਸਾ ਨਹੀਂ ਐਸਾ ਵੈਸਾ ਇਹੋ ਜਿਹਾ ਉਹੋ ਜਿਹਾ ਇਹਨਾਂ ਪੁੱਤਰ ਦੋ ਹੋ ਗਏ ਐਸਾ ਹੀ ਨਾ ਨਾ ਰਿਹਾ ਐਸਾ ਤਾਂ ਸਿਰਫ ਹੁੰਦਾ ਫਿਰ ਤਾਂ ਇੱਕ ਥਾਂ ਅੰਡਰਲਾਈਨ ਹੋ ਜਾਂਦਾ ਵੀ ਇਹੋ ਜਿਹਾ ਐਸਾ ਵੈਸਾ ਦੂਜਾ ਵੀ ਹੋ ਗਿਆ ਐਸਾ ਨਹੀਂ ਪੈਸਾ ਇਹਦਾ ਮਤਲਬ ਇੱਕ ਨਾ ਗਿਆ ਦੋ ਹੋ ਗਏ ਜਿੱਥੇ ਜੈਸਾ ਆ ਗਿਆ ਉੱਥੇ ਅਣਗਿਣਤਾ ਵਿੱਚ ਹੋ ਗਿਆ ਫਲਾਣੇ ਵਰਗਾ ਜੈਸਾ ਇਹ ਪੁੱਛਣ ਵਾਲੇ ਨੇ ਵੀ ਪੁੱਛ ਲਿਆ ਕੈਸਾ ਇੱਥੇ ਵੀ ਕੋਈ ਗਿਣਤੀ ਦਾ ਸ਼ੁਮਾਰ ਨਾ ਗਿਆ ਐਸਾ ਵੈਸਾ ਵਿੱਚ ਗਿਣਤੀ ਹੋ ਸਕਦੀ ਹੈ ਜੈਸਾ ਕੈਸਾ ਵਿੱਚ ਗਿਣਤੀ ਨਹੀਂ ਹੋ ਸਕਦੀ ਪਰ ਲਫ਼ਜ਼ ਚਾਰੋਂ ਨਾਲ ਜੁੜਦੇ ਨੇ
ऐसा वैसा जैसा कैसा। हुण मैं संसार नूं असीं अनेकता आखने क्योंकि एक असीं इनका बेस समझ लवांगे ना फिर साडा वो भुलेखा भी दूर हो जाएगा कि खौरे संत की निंदा नानक बाबा खौरे संत लफ्ज आख के निंदा करनी गुणा। संसार जिन्ना है कुदरत जिन्नी है वो एकता तो निकली हुई अनेकता है। एक वो है जदों होर दूजा कोई नहीं निर्गुण एक है उन विचों पैदाइश जड़ी हुई है सारी अनेक है अनेक है फिर एक है। जिन्ना ब्रह्मांड है ये अनेकता का प्रतीक है। इत्थे कोई चीज भी है उनकी बड़ी वरायटी है एक नहीं हाँ रब एक है उनकी कोई वरायटी नहीं। उत्थे भी कहा जा सकता तेनों किहड़ा रब चाहिए जिहड़ा आखदा भी तेनों किहड़ा रब चाहिए वह गलती ते है। उपरेखे विच रब क्योंकि एक है उत्थे कोई वरायटी नहीं। पर तुसी किसे बूटियां दी नर्सरी में जाओ उत्थे आखो मैं बूटा लेना वो पहला सवाल करेगा किहड़ा लेना है। रब ने इन्ने बूटे पैदा किते ने बल्कि गुरबाणी हुंदी तो कावे एक बगीचा पेड़ घन करिया। रब ने संसार एक ऐसा बगीचा बनाया जिंदे पेड़ घन वक् वक् तरह के घने पेड़ दा पेड़ घन करिया। एक तरह का बूटा ने बूटे च बड़ी वरायटी बड़ी वरायटी। इसलिए जदों तुसीं नर्सरी में बूटे लैन जाओगे ना भावें तुसीं एक खरीदना होगा तुहाडे ते सवाल होगा तुसीं कहड़ा बूटा लैना क्योंकि बूटे बहुते ने तुहानूं चोण करनी पैणी। ते जदों तुसीं बहुते बूटे विचों चोण करदे हो इहदा मतलब जे उत्थे 10 बूटे ने जां 1000 बूटा है उहदे विचों तुसीं 2 लै लैंदे हो तां इहदा मतलब 98 जिहड़े ने 100 विचों 98 जिहड़े उहनां नूं नफरत है ਚੰਗੇ ਨਹੀਂ ਲੱਗੇ ਉਹਦੇ ਤੋਂ ਤੁਹਾਨੂੰ ਨਫ਼ਰਤ। ਮੈਂ ਇਹ ਨਹੀਂ ਲੈਣੀ ਜਿੱਥੋਂ ਨਹੀਂ ਲੈਣੇ ਦਾ ਮਸਲ ਹੋ ਗਿਆ ਤੁਹਾਨੂੰ ਪ੍ਰਵਾਨ ਨਹੀਂ। ਮੈਂ ਚਾਹੁੰਦਾ ਕਿ ਅਸੀਂ ਕੰਸੈਪਟ ਨੂੰ ਡੀਪਲੀ ਸਮਝੀਏ ਸਾਡੇ ਵਿੱਚ ਜੋ ਗੁਰਬਾਣੀ ਦੇ ਰਹੀ ਇਹਦਾ ਮਤਲਬ ਤੁਸੀਂ 100 ਵਿੱਚੋਂ 2 ਬੂਟੇ ਚੁਣ ਰਹੇ ਤੁਹਾਨੂੰ ਪ੍ਰਵਾਨ ਨਹੀਂ ਕਿਉਂਕਿ ਇੱਕ ਬੂਟਾ ਤੇ ਹੈ ਨਹੀਂ ਨਾ ਕਿਸੇ ਨਰਸਰੀ ਵਾਲੇ ਨੇ ਕੋਈ ਪੈਦਾ ਕੀਤਾ। ਜਦੋਂ ਤੁਸੀਂ 100 ਵਿੱਚੋਂ 2 ਚੁਣਦੇ ਹੋ ਤਾਂ ਮਤਲਬ 98 ਤੁਹਾਨੂੰ ਤੁਸੀਂ ਛੱਡਦੇ ਹੋ ਤਿਆਗਦੇ ਹੋ ਉਹ ਤੁਹਾਨੂੰ ਨਹੀਂ ਚੰਗੇ ਲੱਗੇ। ਜੇ ਤੁਹਾਨੂੰ ਉਹਨੇ ਪੁੱਛਿਆ ਵੀ ਆਹ ਬਾਕੀ ਬੂਟੇ ਨਹੀਂ ਲੈਣੇ ਤੁਸੀਂ ਕਹਿੰਦੇ ਹੋ ਨਹੀਂ ਲੈਣੇ ਨਹੀਂ ਉੱਥੇ ਹੋਵੇਗਾ ਜਿੱਥੇ ਨਾ ਲੋੜ ਹੋਵੇ ਜਿਹਦੀ ਜ਼ਰੂਰਤ ਨਾ ਹੋਵੇ ਨਹੀਂ। 100 ਵਿੱਚੋਂ ਤੁਸੀਂ 2 ਚੁਣੋ ਕਿਉਂ ਚੁਣੋ ਕਿਉਂਕਿ ਵਰਾਇਟੀ ਵਿੱਚੋਂ ਚੁਣਨਾ ਹੀ ਪੈਣਾ ਵਰਾਇਟੀ ਵਿੱਚੋਂ ਚੁਣਨਾ ਪੈਂਦਾ। ਕੱਪੜਾ ਇੱਕੋ ਕਿਸਮ ਦਾ ਬਣਦਾ ਹੋਵੇ ਤੁਸੀਂ ਦੁਕਾਨ 'ਤੇ ਜਾਓ ਕੱਪੜਾ ਖਰੀਦਣ ਵਾਸਤੇ ਤੁਹਾਡੇ 'ਤੇ ਕਦੀ ਸਵਾਲ ਨਹੀਂ ਹੋਵੇਗਾ ਤੁਸੀਂ ਕਿਹੜਾ ਕੱਪੜਾ ਖਰੀਦਣਾ। ਕੱਪੜਾ ਹੈ ਹੀ ਬਹੁਤ ਤੁਹਾਡੇ ਸਾਹਮਣੇ ਰੱਖ ਪਰ ਹੁਣ ਤੁਸੀਂ ਜਦੋਂ ਕੱਪੜੇ ਦੀ ਦੁਕਾਨ 'ਤੇ ਜਾਂਦੇ ਹੋ ਸੈਂਕੜੇ ਵਰਾਇਟੀ ਪਈ ਤੁਹਾਡੇ ਦੇ ਥਾਨ ਖੋਲ੍ਹੀ ਜਾਂਦਾ ਖੋਲ੍ਹੀ ਜਾਂਦਾ। ਕਈ ਵਾਰ ਤਾਂ ਤੁਸੀਂ ਇੰਨੇ ਪਰੇਸ਼ਾਨ ਹੋ ਜਾਂਦੇ ਆਖਦੇ ਵੀ ਬਹੁਤ ਹੈ ਹੁਣੇ ਇੰਨੇ ਨਹੀਂ। ਉਹ ਕਹਿੰਦਾ ਨਹੀਂ ਮੇਰਾ ਫਰਜ਼ ਦਾ ਦਿਖਾਣਾ ਜੀਵਨ ਵਿੱਚੋਂ ਸਮਝਣਾ ਮੇਰਾ ਫਰਜ਼ ਹੈ ਕਿਉਂ ਕਿਉਂਕਿ ਸੈਂਕੜੇ ਥਾਣਾਂ ਵਿੱਚੋਂ ਤੁਸੀਂ ਚੋਣ ਇੱਕ ਜਾਂ 2 ਥਾਣਾਂ ਦੀ ਕਰਨੀ ਡਿਜ਼ਾਈਨਾਂ ਦੀ ਕਰਨੀ ਬਾਕੀ ਦਿਨ ਤੁਸੀਂ ਤਿਆਗ ਦੇਣ ਦਾ ਮਤਲਬ ਬਾਕੀ ਦਿਨ ਤੋਂ ਤੁਹਾਨੂੰ ਨਫ਼ਰਤ ਹੈ ਚੋਣ ਦਾ ਮਸਲਾ ਵਰਾਇਟੀ ਹੈ। ਤੇ ਵਰਾਇਟੀ ਵਿੱਚ ਕਦੇ ਕੋਈ ਚੀਜ਼ ਇੱਕੋ ਜਿਹੀ ਨਹੀਂ
ਕਾਠੀਆਂ ਵੀ ਹੁੰਦੀ ਹੈ, ਵਧੀਆ ਵੀ ਹੁੰਦੀ ਹੈ, ਕਿਉਂਕਿ ਬੂਟਿਆਂ ਦੀ ਬਹੁਤ ਸਾਰੀਆਂ ਕਿਸਮਾਂ ਨੇ, ਬੜੀ ਵਰਾਇਟੀ ਹੈ। ਇੱਥੇ ਸਿੰਬਲ ਰੁੱਖ ਵੀ ਨੇ, ਇੱਥੇ ਕਿੱਕਰ ਕੰਡਿਆਂ ਵਾਲੇ ਵੀ ਨੇ, ਇੱਥੇ ਕੇਲੇ ਵਰਗੇ ਨਰਮ ਪਾਤ ਵੀ ਨੇ। ਪਛਾਣ ਆਪਣੀ ਆਪਣੀ, ਗੁਰਬਾਣੀ ਨੇ ਇਹ ਗੱਲ ਕਹਿ ਦਿੱਤੀ। ਕਹਿਣ ਲੱਗੇ ਮੈਂ ਦੇਖਦਾ ਕਿ ਨਾਲੀਏ ਫਰ ਸਿੰਗਲ ਪਾਖਾ ਮੂਰਖ ਮੁਗਲ ਗੁਆਰ। ਪਛਾਣ ਕੋਈ ਨਹੀਂ, ਜਿੱਥੇ ਵਰਾਇਟੀ ਹੋਵੇ ਉੱਥੇ ਪਛਾਣ ਦੀ ਬਹੁਤ, ਜਿੱਥੇ ਵਰਾਇਟੀ ਨਾ ਹੋਵੇ ਉੱਥੇ ਪਛਾਣ ਦੀ ਲੋੜ ਕੋਈ। ਕਿ ਪਛਾਣ ਦਾ ਮਤਲਬ ਗਿਆਨ ਹੈ। ਇਹ ਸੰਸਾਰ ਰੱਬ ਇੱਕੋ ਜਿਹਾ ਹੀ ਬਣਾ ਦਿੰਦਾ ਨਾ ਇੱਕੋ ਕਿਸਮ ਦਾ, ਅਤੇ ਗਿਆਨ ਦੀ ਲੋੜ ਹੀ ਕੋਈ ਨਹੀਂ ਸੀ, ਹੁਣ ਗੁਰੂ ਭੇਜਣ ਦੀ ਵੀ ਲੋੜ ਪਈ। ਮੈਂ ਕੰਸੈਪਟ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਕਿ ਰੱਬ ਪਤਾ ਸੰਸਾਰ ਵੀ ਇੱਕੋ ਕਿਸਮ ਦਾ ਬਣਾ ਦਿੰਦਾ, ਇਹਦੇ 'ਚ ਕੋਈ ਵਰਾਇਟੀ ਨਾ ਰੱਖਦਾ, ਸਾਨੂੰ ਗਿਆਨ ਦੀ ਕੀ ਲੋੜ ਹੈ। ਹੁਣ ਤਾਂ ਅਸੀਂ ਗਿਆਨ ਦਾ ਮਸਲਾ ਆ ਗਿਆ, ਇੱਥੇ ਪਾਪ ਪੁੰਨ ਵਿਚਾਰੀਏ, ਜਿੱਥੇ ਪਾਪ ਪੁੰਨ ਹੁੰਦਾ ਹੀ ਨਾ ਕੋਈ ਪਾਪ ਹੁੰਦਾ, ਨਾ ਕੋਈ ਪੁੰਨ ਹੁੰਦਾ, ਨਾ ਕੋਈ ਚੰਗਾ ਹੁੰਦਾ, ਨਾ ਕੋਈ ਮੰਦਾ ਹੁੰਦਾ, ਨਾ ਕੋਈ ਪਾਪੀ ਹੁੰਦਾ, ਨਾ ਕੋਈ ਹੁਣੀ ਹੁੰਦਾ, ਨਾ ਕੋਈ ਜ਼ਾਲਮ ਹੁੰਦਾ, ਨਾ ਕੋਈ ਦਇਆਵਾਨ ਹੁੰਦਾ, ਨਾ ਕੋਈ ਚੋਰ ਹੁੰਦਾ, ਨਾ ਕੋਈ ਸਾਧ ਹੁੰਦਾ, ਇੱਕੋ ਹੀ ਕਿਸਮ ਹੁੰਦੀ। ਤਾਂ ਫਿਰ ਸਾਨੂੰ ਵਰਾਇਟੀ ਦੀ ਪਛਾਣ ਦੀ ਕੀ ਲੋੜ ਸੀ, ਗਿਆਨ ਦੀ ਕੋਈ ਲੋੜ ਹੀ ਨਹੀਂ। ਅਤੇ ਜਿਹਨੂੰ ਗਿਆਨ ਦੀ ਲੋੜ ਨਹੀਂ, ਉਹਨੂੰ ਗੁਰੂ ਦੀ ਲੋੜ ਪਈ। ਇਹ ਸਾਰਾ ਕੁਝ ਕਿਉਂ ਹੋਇਆ? ਕਿਉਂਕਿ ਸੰਸਾਰ ਇੱਕ ਨਹੀਂ ਬਣਿਆ, ਇੱਕ ਤੋਂ ਬਣੇ, ਇੱਕ ਨੇ ਬਣਾਇਆ, ਪਰ ਸੰਸਾਰ ਇੱਕ ਨਹੀਂ, ਇੱਥੇ ਵਰਾਇਟੀ ਹੈ, ਹਰ ਇੱਕ ਚੀਜ਼ ਵਿੱਚ ਵਰਾਇਟੀ। ਤੇ ਵਰਾਇਟੀ ਵਿੱਚੋਂ ਹਮੇਸ਼ਾ ਪਛਾਣ ਦੀ ਲੋੜ ਹੁੰਦੀ ਹੈ, ਇਸ ਲਈ ਪਛਾਣ ਵਾਸਤੇ ਗਿਆਨ ਦੀ ਲੋੜ ਹੈ, ਗਿਆਨ ਵਾਸਤੇ ਗੁਰੂ ਦੀ ਲੋੜ ਹੈ, ਇਸ ਲਈ ਗੁਰਬਿੰਦ ਗੌਰ ਆਧਾਰ ਗੁਰੂ ਬਿੰਦ ਸਮਝ ਨਾ ਆਵੇ। ਜ਼ਰੂਰਤ ਹੈ ਇਸ ਵਰਾਇਟੀ ਵਿੱਚੋਂ ਪਛਾਣ ਦੀ। ਹਰ ਇੱਕ ਚੀਜ਼ ਜਿਹੜੀ ਹੈ ਉਹ ਇੱਕ ਨਹੀਂ, ਉਹਦੇ ਵਰਗੀਆਂ ਕਈ ਪੈਦਾ ਹੋ ਗਈਆਂ ਨੇ। ਲੋ ਜਦੋਂ ਅਸੀਂ ਇਸ ਬੇਸ ਨੂੰ ਸਮਝ ਜਾਵਾਂਗੇ ਨਾ, ਫਿਰ ਸਾਨੂੰ ਸੰਤ ਪਛਾਣਨ ਦਾ ਮਸਲਾ ਵੀ ਨਿੰਦਾ ਨਹੀਂ ਬਣੇਗੀ, ਕਿਉਂਕਿ ਸੰਤ ਦੀ ਵੀ ਤਾਂ ਕੋਈ ਇੱਕ ਵਰਾਇਟੀ ਥੋੜ੍ਹਾ ਹੈ। ਜੇ ਤੁਹਾਡੀ ਸਾਡੀ ਇੱਕ ਵਰਾਇਟੀ ਨਹੀਂ, ਅਸੀਂ ਕੋਈ ਰਿਸ਼ਤਾ ਕਰਨਾ ਹੋਵੇ, 50 ਘਰ ਵੇਖਣੇ ਆ, ਫਿਰ ਉਹ ਤਾਂ ਅੱਗਾ ਪਿੱਛਾ ਪਛਾਣਨੇ ਆ। ਮਨੁੱਖ ਇੱਕ ਰਿਸ਼ਤਾ ਕਰਨਾ, ਲੜਕੀ ਜਾਂ ਲੜਕੇ ਦਾ ਮਸਲਾ ਹੈ, ਪਰ ਇਹਨੇ ਰਿਸ਼ਤੇਦਾਰਾਂ ਨੂੰ ਡਿਊਟੀਆਂ ਲਾਈ ਦੀਆਂ ਨੇ, ਹੋਰ ਆਉਂਦੇ ਆ ਅਗਲੇ ਪਿਛਲੇ ਭਾਲਣ ਦੀ ਕੋਸ਼ਿਸ਼ ਕਰੀ, ਤੇ ਖਾਨਦਾਨ ਕਿੱਥੋਂ, ਇਹਦੇ ਪਿੱਛੇ ਕਦੇ ਕੋਈ ਗੁਨਾਹ ਤੇ ਨਹੀਂ ਹੋਇਆ? ਕਿਉਂ? ਸੰਸਾਰ ਅੰਦਰ ਰਿਸ਼ਤਾ ਕਰਨ ਲੱਗਿਆ, ਸੰਬੰਧ ਕਾਇਮ ਕਰਨ ਲੱਗਿਆ, ਜਾਣਨਾ ਬਹੁਤ ਜ਼ਰੂਰੀ। ਗੁਰੂ ਕਹਿੰਦੇ ਕਿਹਦੀ ਅਜੀਬ ਗੱਲ ਹੈ, ਸੰਤ ਬੜੀ ਜ਼ਰੂਰਤ ਦੀ ਚੀਜ਼ ਹੈ। ਇਹ ਤਾਂ ਗੱਲ ਨਹੀਂ ਜ਼ਰੂਰਤ ਦੀ, ਨਹੀਂ ਜਿਵੇਂ ਬੂਟਾ ਬੜੀ ਜ਼ਰੂਰਤ ਦੀ ਚੀਜ਼ ਹੈ, ਪਰ ਦੇਖੀ ਕੰਡਿਆ ਲੈਣਾ ਲਾਇਆ ਮੈਂ। ਸੰਤ ਬੜੀ ਜ਼ਰੂਰਤ ਦੀ ਚੀਜ਼ ਹੈ, ਪਰ ਦੇਖੀ ਕੰਡਿਆ ਵਾਲਾ ਸੰਤ ਨੂੰ ਲਾਇਆ। ਪਛਾਣ ਦੀ ਲੋੜ ਹੈ। ਇੱਥੇ ਵੀ ਗੁਰੂ ਨੇ ਆਖ ਦਿੱਤਾ, ਸਵਈਆਂ ਵਿੱਚ ਵੀ ਅਸੀਂ ਪੜ੍ਹਨੇ ਹਾਂ, ਸੰਤ ਸਮੂਹ ਅਨੇਕ ਮਤੀ ਵਰਾਇਟੀ ਵਿੱਚੋਂ ਭਾਲ ਕਰਨ ਲੱਗਿਆ, ਆਪਣੇ ਆਪ ਨੂੰ ਕਮਜ਼ੋਰ ਨਾ ਕਰੀ, ਜੇ ਕਰ ਬੈਠੋ ਤਾਂ ਵਰਾਇਟੀ ਵਿੱਚੋਂ ਤੂੰ ਨੁਕਸਾਨ ਉਠਾ ਲੈ। ਇਸੇ ਤਰ੍ਹਾਂ ਜਦੋਂ ਸੰਤ ਦਾ ਮਸਲਾ ਆਵੇ ਨਾ, ਉਦੋਂ ਵੀ ਕਿਤੇ ਇਹ ਨਾ ਆਖ ਆਖ ਕੇ ਡਰੀ ਜਾਏ ਕਿ ਸੰਤ ਕਿੰਨੇ ਦਾ ਨਾਨਕਾ, ਸੰਤ ਕਿੰਨੇ ਦਾ, ਡਰੀ ਜਾਏ ਕੋਈ ਕੰਡਿਆਂ ਵਾਲਾ ਸੰਤ ਘਰ ਆ ਜਾਏਗਾ। ਉਸ ਦੇਖਦੇ ਹਾਂ, ਮੈਨੂੰ ਕਹਿਣ ਤੋਂ ਕਦੇ ਸਵਾਲ ਹੁੰਦਾ ਨਾ ਕਿ ਮੈਨੂੰ ਦੇਖਣੇ ਆ ਤੁਹਾਡੇ ਜਿਹੜੇ ਸ਼ਿਕਾਗੋ 2 ਸਾਲ ਪਹਿਲਾਂ ਕੀ ਹੋਇਆ। ਡੇਰੇਦਾਰ ਆਪਣੇ ਆਪ ਨੂੰ ਵੱਡਾ ਸੰਤ ਖਾਣਾ, ਜਿਹਦੇ ਕੋਲ ਸਾਰਾ ਸਾਡਾ ਧਾਰਮਿਕ ਲੀਡਰ ਜਿੰਨੀ ਸੀ ਸਿੰਘ ਸਾਹਿਬਾਂ ਸਮੇਤ ਉੱਥੇ ਹੀ ਆ ਕੇ ਡੇਰੇ ਹੁੰਦੇ ਸਨ, ਸਭ ਨੂੰ ਪਤਾ। ਉਹੀ ਉਹਨਾਂ ਦੀਆਂ ਭਗਤ ਕਰਦਾ ਸੀ, ਉਹੀ ਉਹਨਾਂ ਦਾ ਟਿਕਾਣਾ ਬਣਿਆ ਹੋਇਆ ਸੀ। ਪਰ ਉਦੋਂ ਸਾਰੇ ਇੱਥੇ ਸਨ, ਜਦੋਂ ਉਸ ਸਮਾਗਮ ਦੇ ਦਰਮਿਆਨ ਇੱਕ ਮੋਟਲ ਵਿੱਚ ਐਸੇ ਹਾਲਾਤ ਪੈਦਾ ਹੋਏ ਕਿ ਪੁਲਿਸ ਨੂੰ ਆਉਣਾ ਪਿਆ, ਅਤੇ ਪੁਲਿਸ ਦੀ ਸਾਰੀ ਰਿਪੋਰਟ ਬਕਾਇਦਾ, ਜੋ ਉਸਦੀ ਜਲਾਲਤ ਸੀ ਉਸਦੀ ਸਾਰੀ ਰਿਪੋਰਟ ਬਕਾਇਦਾ ਪੁਲਿਸ ਵੱਲੋਂ ਇੰਟਰਨੈਟ 'ਤੇ ਪਾਈ ਗਈ। ਸਭ ਨੇ ਪੜ੍ਹੀ, ਲੋਕ ਤਰ੍ਹਾਂ ਤਰ੍ਹਾਂ ਕਰ ਲਏ,
ਦੁੱਖ ਦੀ ਗੱਲ ਇਹ ਹੈ ਅੱਜ ਤੱਕ ਵੀ ਸਾਡੇ ਤਖਤਾਂ ਦੇ ਜਥੇਦਾਰ ਖਵਾਉਣ ਵਾਲੇ ਉਹਦੇ ਕੋਲ ਠਹਿਰਦੇ ਨੇ। ਉਹਨੂੰ ਕਲੀਨ ਚਿੱਟ ਦਿੱਤੀ ਆਪ ਵੀ ਅੱਜ ਤੱਕ ਵੀ ਸੰਤ ਕਿੱਥੇ ਜਾਵਾਂਗੇ ਸੀ ਇਹਨੂੰ ਕੀ ਨਿੰਦਾ ਆਖੋਗੇ ਕਿ ਪਛਾਣ ਆਖੋਗੇ ਕਿਉਂਕਿ ਪਛਾਣ ਬਿਨਾਂ ਹਰ ਇੱਕ ਚੀਜ਼ ਨਿੰਦਾ ਹੈ। ਜੇ ਅਸੀਂ ਕੱਪੜੇ ਦੀ ਪਛਾਣ ਕਰਨੀ ਹੈ ਸੈਂਕੜਿਆਂ ਵਿੱਚੋਂ, ਜੇ ਅਸੀਂ ਬੂਟੇ ਦੀ ਪਛਾਣ ਕਰਨੀ ਹੈ ਅਨੇਕਾਂ ਬੂਟਿਆਂ ਵਿੱਚੋਂ, ਜੇ ਅਸੀਂ ਪਰਿਵਾਰ ਨਾਲ ਸੰਬੰਧ ਜੋੜਨ ਵਾਲੇ ਕਿਸੇ ਰਿਸ਼ਤੇ ਦੀ ਪਛਾਣ ਕਰਨੀ ਹੈ ਅਨੇਕਾਂ ਸੰਸਾਰ ਦੇ ਰਿਸ਼ਤਿਆਂ ਵਿੱਚੋਂ, ਤਾਂ ਕਿਉਂ ਨਹੀਂ ਐਸੇ ਵਿਅਕਤੀ ਦੀ ਪਛਾਣ ਹੋਣੀ ਜਿਹੜਾ ਸਾਡੇ ਸੀਸ ਤੇ ਸਾਡੇ ਸਿਰ ਤੇ ਇੱਕ ਸਤਿਕਾਰਯੋਗ ਬਣ ਕੇ ਬੈਠਾ ਹੋਵੇ ਤੇ ਹੋਵੇ ਜੀਵਨ ਦੇ ਕੰਢੇ ਲੈ ਕੇ ਬੈਠਾ ਹੋਵੇ। ਅੱਜ ਸਾਡੇ ਸਾਹਮਣੇ ਦੁਖਾਂ ਤੇ ਹੋਵੇ, ਅੱਜ ਦਾ ਮੁੱਢਲਾ ਦੁਖਾਂ ਤੇ ਹੈ ਕਿ ਅਸੀਂ ਪਾਪ ਨੂੰ ਪਿਆਰ ਕਰ ਰਹੇ ਹਾਂ ਇਸ ਖਿਆਲ ਨਾਲ ਕਿ ਵੇਖੋ ਕਿਤੇ ਅਸੀਂ ਨਾ ਪਾਪੀ ਹੋ ਗਏ, ਪਰ ਪਾਪ ਨੂੰ ਪਿਆਰ ਕਰਨ ਵਾਲਾ ਪਾਪੀ ਹੋਵੇ। ਜਿਹੜਾ ਪਾਪ ਨੂੰ ਪ੍ਰਵਾਨ ਕਰ ਲੈਂਦਾ ਨਾ, ਪਾਪ ਦੇ ਸਾਹਮਣੇ ਗੁਨਾਹ ਦੇ ਸਾਹਮਣੇ ਆਵਾਜ਼ ਨਹੀਂ ਉਠਾਉਂਦਾ, ਅਸਲ ਪਾਪੀ ਉਹ ਵੀ ਹੁੰਦਾ। ਗੁਰੂ ਸਾਹਿਬ ਨੇ ਬਾਣੀ ਵਿੱਚ ਆਖਿਆ ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਬੁਰਾ ਹੈ ਪਰ ਪਾਪੀ ਨੂੰ ਪਿਆਰਾ ਲੱਗਦਾ ਹੈ, ਉਹ ਉਹਦੇ ਤੋਂ ਡਰਦਾ ਰਹਿੰਦਾ। ਨਤੀਜਾ ਇਹ ਨਿਕਲਦਾ ਹੈ ਪਾਪ ਲੱਭਦੇ ਪਾਪੇ ਪਸਾਰਾ, ਉਹਦੀ ਕਿਰਪਾ ਨਾਲ ਹੀ ਜਿਹੜੇ ਲੋਕ ਪਾਪ ਦੇ ਸਾਹਮਣੇ ਆਵਾਜ਼ ਉਠਾਉਣ ਤੋਂ ਡਰਦੇ ਨੇ, ਜਿਹੜੇ ਪਾਪ ਦੇ ਸਾਹਮਣੇ ਖੜੇ ਹੋਣ ਤੋਂ ਕੰਬਦੇ ਨੇ, ਉਹ ਲੋਕ ਜਿਹੜੇ ਨੇ ਉਹਨਾਂ ਦੀ ਤੋਫੈਲ ਉਹਨਾਂ ਦੀ ਕਿਰਪਾ ਨਾਲ ਪਾਪ ਵੱਧ ਰਿਹਾ। ਪਾਪ ਲੱਭਦੇ ਪਾਪੇ ਪਸਾਰਾ। ਹੁਣ ਇੱਥੇ ਬਾਬਾ ਕਬੀਰ ਜੀ ਨੇ ਬੜੀ ਖੁੱਲ੍ਹ ਕੇ ਗੱਲ ਕੀਤੀ ਹੈ, ਕਹਿੰਦੇ ਨੇ ਮੈਂ ਕਿਸੇ ਸੰਤ ਦਾ ਦੁਸ਼ਮਣ ਨਹੀਂ, ਲੇਕਿਨ ਇੱਕ ਖਿਆਲ ਕਰਿਓ ਸੰਤ ਵੀ ਇੱਕ ਨਹੀਂ। ਜੇ ਬਾਕੀ ਚੀਜ਼ ਸੰਸਾਰ ਅੰਦਰ ਬ੍ਰਹਿਮੰਡ ਵਿੱਚ ਬਹੁਤ ਵਰਾਇਟੀ ਵਿੱਚ ਆਈ ਹੈ, ਤੇ ਸੰਤ ਵੀ ਬੜੀ ਵਰਾਇਟੀ ਵਿੱਚ ਆਏ ਨੇ। ਅੱਜ ਦੇ ਉਹਨੇ ਪਿੰਡ ਨਹੀਂ ਪੰਜਾਬ ਦੇ ਜਿੰਨੇ ਸੰਤਾਂ ਦੇ ਡੇਰੇ ਨੇ। ਬਾਕੀ ਮੈਂ ਇੱਕ ਵਾਰ ਕੀਤੀ ਸੀ, ਇੱਕ ਵਿਅਕਤੀ ਕੋਈ ਗ੍ਰਸਤੀ ਸੰਸਾਰ ਤੋਂ ਚਲਾ ਜਾਏ ਤੇ ਮਗਰੋਂ ਦੀ ਯਾਦ ਵਿੱਚ ਜਿਹੜਾ ਇਸ਼ਤਿਹਾਰ ਨਿਕਲਦਾ ਹੈ ਜਿਲ ਵਧਾ, ਇੰਨੇ ਪੁੱਤਰ ਇੰਨੀਆਂ ਧੀਆਂ ਛੱਡ ਗਿਆ, ਦੋ ਦੋ ਚਾਰ ਘਰ ਹੁੰਦੇ ਨੇ, ਪਰ ਇੱਕ ਸੰਤ ਸੰਸਾਰ ਤੋਂ ਜਾਵੇ, ਉਹ ਦੋ ਚਾਰ ਚੇਲੇ ਨਹੀਂ ਦੋ ਚਾਰ ਸੰਤ ਨਹੀਂ ਬਲਕਿ ਪੰਜਾਹ ਪੰਜਾਹ ਸੌ ਸੌ ਸੰਤ ਹੋਰ ਛੱਡ ਜਾਂਦਾ, ਉਹਦਾ ਨਤੀਜਾ ਹੀ ਨਿਕਲਦਾ ਪਖੰਡ ਵੱਧ ਰਿਹਾ। ਉਹਦਾ ਨਤੀਜਾ ਇਹ ਹੈ ਭਰਮ ਵੱਧ ਰਹੇ ਨੇ, ਭੁਲੇਖੇ ਵੱਧ ਰਹੇ ਨੇ, ਮਨੁੱਖ ਧਰਮ ਤੋਂ ਦੂਰ ਹੋ ਰਿਹਾ, ਅਧਰਮੀ ਬਣ ਰਿਹਾ ਕਿਉਂਕਿ ਵਰਾਇਟੀ ਵਿੱਚੋਂ ਪਛਾਣ ਨਹੀਂ ਰਿਹਾ। ਪਰ ਧੰਨ ਹੈ ਬਾਬਾ ਕਬੀਰ ਜਿਹੜਾ ਲਿਹਾਜ਼ ਨਹੀਂ ਕਰਦਾ, ਭਾਵੇਂ ਬਾਬਾ ਕਬੀਰ ਨੂੰ ਨਿੰਦਕ ਆ ਗਿਆ। ਮੇਰੇ ਮਸਲਾ ਤਾਂ ਇਹ ਸੀ, ਬਾਬਾ ਕਬੀਰ ਨੂੰ ਆਖੋ ਤੂੰ ਨਿੰਦਕ ਹੈ, ਪਰ ਕਿਹੜੇ ਸਖਤ ਲਫ਼ਜ਼ਾਂ ਵਿੱਚ ਸਾਰੀ ਗੱਲ, ਐਸੇ ਲਫ਼ਜ਼ ਦੀ ਜਿਹਨੂੰ ਅਸੀਂ ਕੇਵਲ ਤੇ ਕੇਵਲ ਅਣਜਾਣੇ ਬਿਨਾਂ ਜਾਣੇ ਉਸ ਵਰਾਇਟੀ ਵਿੱਚੋਂ ਬਿਨਾਂ ਪਛਾਣੇ ਗਿਆਨਹੀਨ ਹੋ ਕੇ ਨਮਸਕਾਰਾਂ ਕਰੀ ਜਾਂਦੇ। ਅੱਜ ਬਰਦਾਤ ਸਿੱਖੀ ਦੀ ਹਾਲਤ ਵੀ ਇਹ ਹੋਈ ਹੈ, ਉਹ ਗਿਆਨ ਵੀ ਹੋਣੀ ਅਗਿਆਨਤਾ ਦੇ ਵਸ ਵਿੱਚ ਪਈ ਹੋਈ, ਕੇਵਲ ਤੇ ਕੇਵਲ ਧਾਰਮਿਕ ਪਦਵੀਆਂ ਤੇ ਧਾਰਮਿਕ ਬਾਣੀਆਂ ਦੇ ਸਾਹਮਣੇ ਮੱਥਾ ਟੇਕੀ ਜਾਂਦੀ, ਪਾਪ ਨੂੰ ਪਛਾਣ ਨਹੀਂ ਰਹੀ। ਪਰ ਹਰ ਪਾਪ ਪਛਾਣਿਆ ਨਾ ਤਿਸ ਸੋਗ ਵਿਯੋਗ ਸੰਤਾਪ, ਸਤਿਗੁਰ ਨੇ ਬਾਣੀ ਵਿੱਚ ਆਖਿਆ। ਬਾਬਾ ਕਬੀਰ ਜੀ ਦੇ ਹੁਣ ਇਸ ਕਨਸੈਪਟ ਨੂੰ ਸਮਝਣ ਤੋਂ ਬਾਅਦ ਹੁਣ ਬਾਬਾ ਕਬੀਰ ਜੀ ਦੇ ਇਸ ਸ਼ਬਦ ਨੂੰ ਪੜ੍ਹੀ ਜੋ ਲੜੀ ਵਾਰ ਆਇਆ, ਕਹਿੰਦੇ ਸੰਤ ਚੰਗੇ ਨਹੀਂ ਲੱਗਦੇ, ਮੈਨੂੰ ਸੰਤ ਨਹੀਂ ਪਾਉਂਦੇ ਇਹੋ ਜਿਹੇ। ਕਿਹੋ ਜਿਹੇ? ਜਿਨ੍ਹਾਂ ਨੇ ਬਾਣੇ ਤਾਂ ਸੰਤਾਂ ਵਾਲੇ ਪਾਏ ਹੋਏ ਨੇ, ਸਾਧਾਂ ਵਾਲੇ ਪਾਏ ਹੋਏ ਨੇ। ਗੱਲ ਸਾਡੇ ਪੁਰਾਣੇ ਤੀਰਥਾਂ ਤੇ ਵਸਣ ਵਾਲੇ
ਸਾਧ ਧੋਤੀਆਂ ਪਾਉਂਦੇ ਸਨ, ਕਿਉਂਕਿ ਇੱਥੇ ਗੱਲ ਬਾਬਾ ਕਬੀਰ ਜੀ ਦੇ ਆਪਣੇ ਚੌਗਿਰਦੇ ਦੀ, ਇਸ ਲਈ ਬਾਣੇ ਵੀ ਉਸੇ ਦਾ ਜ਼ਿਕਰ ਕੀਤਾ ਨੇ, ਅੱਜ ਲੰਬੇ ਚੌਗਿਰਦੇ ਨੇ ਉਹਦੇ ਉੱਤੇ ਧੋਤੀਆਂ ਸਨ, ਉਦੋਂ ਦੇ ਰਿਵਾਜ ਬਣੇ ਹੋਏ, ਉਹਨਾਂ ਗੱਲਾਂ ਨੂੰ ਅਪਣਾਉਂਦੇ ਹੋਏ ਸਾਡੇ ਹਜ਼ੂਰ ਸਾਹਿਬ ਦੇ ਜਥੇਦਾਰ ਵੀ ਧੋਤੀ ਪਾਉਂਦੇ ਨੇ, ਉਸੇ ਤਰ੍ਹਾਂ ਪਾਉਂਦੇ ਨੇ। ਜਦੋਂ ਤਖ਼ਤ ਸਾਹਿਬ 'ਤੇ ਵੀ ਜਾਂਦੇ ਨੇ ਧੋਤੀ ਪਾਈ ਹੁੰਦੀ ਹੈ, ਬਾਬਾ ਕਬੀਰ ਰੱਖਦੇ ਨੇ। ਗੱਜ ਸਾਢੇ ਤਿੰਨ ਗਜ਼ ਦੀ ਧੋਤੀ ਦਾ ਰਿਵਾਜ ਸੀ, ਤੇ ਕਹਿਣ ਲੱਗੇ ਸਾਢੇ ਤਿੰਨ ਗਜ਼ ਦੀਆਂ ਧੋਤੀਆਂ, ਤੇ ਤੇਰੇ ਪਾਇਨ ਤੱਗ ਤਿੰਨ ਲੜੀਆਂ ਵਾਲਾ ਤੱਗ ਜਨੇਊ ਗੱਲ ਪਾਉਂਦੇ ਨੇ। ਗੱਜ ਸਾਢੇ ਜਪ ਮਾਲੀਆਂ, ਜਪ ਮਾਲੀ ਕਹਿੰਦੇ ਨੇ ਮਾਲਾ ਨੂੰ ਜਿਹਦੇ ਉੱਤੇ ਜਪਿਆ ਜਾਂਦਾ, ਮਾਲਾ ਜਿਹਦੇ ਉੱਤੇ ਜਪਣ ਹੋਵੇ ਉਹਨੂੰ ਜਪ ਮਾਲੀ ਕਹਿੰਦੇ। ਕਹਿਣ ਲੱਗੇ ਜਿਹਨਾਂ ਨੇ ਸਾਢੇ ਤਿੰਨ ਗਜ਼ ਦੀਆਂ ਧੋਤੀਆਂ ਪਾਈਆਂ ਹੋਈਆਂ, ਤੇਰੇ ਧਰਮ ਦੇ ਨਿਸ਼ਾਨ, ਧਰਮ ਦੇ ਚਿੰਨ੍ਹ ਤੱਕ ਪਾਏ ਹੋਏ, ਮਤਲਬ ਤਾਂ ਹੋਈ ਹੈ। ਜਦੋਂ ਕਿਸੇ ਗੱਲ ਵਿੱਚ ਅਸਲੀਅਤ ਨਾ ਰਵੇ ਉਹ ਬਾਕੀ ਸਾਰਾ ਬਾਣਾ ਪਖੰਡ ਬਣ ਜਾਂਦਾ। ਕੱਲ ਦਾ ਪੇਪਰ ਪੜ੍ਹ ਲਓ, ਕਿਸੇ ਪਿੰਡ ਵਿੱਚ ਜਾ ਕੇ ਅਖੰਡ ਪਾਠੀ ਸਿੰਘ ਅੰਮ੍ਰਿਤਧਾਰੀ ਸਿੰਘ ਨੂੰ ਫੜਿਆ, ਅਖੰਡ ਪਾਠੀ ਦੀ ਸ਼ਰਾਬ ਦੇ ਨਸ਼ੇ ਦੇ ਉੱਤੋਂ ਖੜਾ ਨਹੀਂ ਹੋਇਆ ਜਾ ਰਿਹਾ, ਫੜ ਲਏ, ਸਿਰ ਤੋਂ ਲੱਥੀ ਹੋਈ। ਉਸਨੇ ਉਹ ਨਾਲ ਲਿਖਦਾ ਕਹਿੰਦੇ ਕਕਾਰ ਪੂਰੇ ਪਾਏ ਹੋਏ ਨੇ, ਅੰਮ੍ਰਿਤਧਾਰੀ ਹੋਣ ਦੀ ਨਿਸ਼ਾਨੀ ਕਕਾਰ ਪੂਰੇ ਪਾਏ ਹੋਏ। ਬਾਬਾ ਕਬੀਰ ਸੱਚ ਆਖ ਰਹੇ ਨੇ, ਅਸੀਂ ਸੱਚ ਤੋਂ ਮੁਨਕਰ ਹੋ ਰਹੇ ਹਾਂ, ਪਛਾਣ ਸਾਡੀ ਨਹੀਂ ਬਾਬਾ ਕਬੀਰ ਦੀ ਹੈ। ਅਸੀਂ ਆਪਣੇ ਆਪ ਨੂੰ ਧਰਮੀ ਅਖਵਾਉਣੇ, ਕਿਉਂਕਿ ਅਸੀਂ ਨਿੰਦਾ ਨਹੀਂ ਨਾ ਕਰਨੀ, ਨਿੰਦਾ ਕਰਨ ਦਾ ਮਤਲਬ ਪਛਾਣ ਨਹੀਂ ਕਰਨਾ। ਬਾਬਾ ਕਬੀਰ ਆਖਦੇ ਗੱਜ ਸਾਡੇ ਗੜਵੇ ਹੱਥ ਵਿੱਚ ਫੜੇ ਹੋਏ ਨੇ। ਹੁਣ ਤਾਂ ਸਾਧ ਨਾਲ ਗੜਵਾ ਇਉਂ ਜੁੜ ਗਿਆ ਹੈ ਕਿ ਹੁਣ ਜਿਹੜਾ ਗੜਵਾ ਅੱਗੇ ਤੇ ਸਾਧੂ ਆਪ ਫੜਦਾ ਸੀ, ਹੁਣ ਨਾਲ ਗੜਵਾ ਹੀ ਰੱਖਦਾ। ਤੁਸੀਂ ਕਿਸੇ ਦਿਨ ਕਿਸੇ ਸੰਤ ਕੋਲ ਜਾਓ, ਬਕਾਇਦਾ ਖੰਡੇ ਆ ਸੰਤਾਂ ਦਾ ਗੜਵਾ ਹੀ ਹੈ, ਕਿਉਂਕਿ ਗੜਵਾ ਫੜ ਕੇ ਨਾਲ ਤੁਰਨਾ ਹੁੰਦਾ, ਬਕਾਇਦਾ ਮੁਕੰਮਲ ਜੀਵਨ ਦੀ ਗੱਲ ਹੈ। ਹਰੀ ਦਾ ਸੰਤ ਨਹੀਂ ਹੋ ਸਕਦਾ, ਉਹ ਬਨਾਰਸ ਦਾ ਠੱਗ ਇੱਥੇ ਵੀ ਗਲਤ ਸਮਝ ਰਿਹਾ, ਬਨਾਰਸ ਤਾਂ ਇੱਕ ਧਰਮ ਧਰਤੀ ਹੈ, ਬਨਾਰਸ ਇੱਕ ਉਹ ਕੇਂਦਰ ਹੈ ਜਿੱਥੇ ਧਰਮ ਦਾ ਕੇਂਦਰ ਮੰਨਿਆ ਜਾਂਦਾ, ਕਾਸ਼ੀ ਬਨਾਰਸ ਕਹਿੰਦੇ ਨੇ, ਮੈਨੂੰ ਧਰਮ ਦੀ ਦੁਨੀਆ ਦੇ ਠੱਗ ਕਿਸੇ ਕਾਰ ਵਿਹਾਰ ਵਿੱਚ, ਕਿਸੇ ਕਾਰੋਬਾਰ ਵਿੱਚ ਕਿਸੇ ਨਾਲ ਕੋਈ ਠੱਗੀ ਕਰ ਲੈ ਉਹ ਬਖਸ਼ਿਆ ਜਾ ਸਕਦਾ, ਧਰਮ ਦੇ ਖੇਤਰ ਵਿੱਚ ਠੱਗੀ ਕਰਨ ਵਾਲਾ ਬਨਾਰਸ ਦਾ ਠੱਗ ਸੰਤ ਹੀ ਕੋਈ ਹੋ ਸਕਦਾ, ਕੋਈ ਬਾਣੇ ਪਹਿਨਣ ਵਾਲਾ ਤੇ ਕੋਈ ਭੇਖ ਪਹਿਨਣ ਵਾਲਾ ਭੇਖਧਾਰੀ ਮਨੁੱਖ ਹੀ ਹੋ ਸਕਦਾ ਜਿਹੜਾ ਧਰਮ ਦੇ ਨਾਂ ਥੱਲੇ ਠੱਗੀ ਕਰਦਾ ਹੈ। ਇਸ ਲਈ ਲਫ਼ਜ਼ ਬਨਾਰਸ ਵਰਤਿਆ ਹੈ, ਕਿਉਂ ਬਨਾਰਸ, ਕਿਉਂਕਿ ਧਰਮ ਦਾ ਕੇਂਦਰ ਹੈ। ਸੰਤਾਂ ਨੂੰ ਬਿਲਕੁਲ ਪਸੰਦ ਨਹੀਂ ਕਰਦਾ, ਦੇਖੋ ਬਾਬਾ ਕਬੀਰ ਪਸੰਦ ਨਹੀਂ ਕਰਦਾ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਸੰਦ ਨਹੀਂ ਕਰਦਾ, ਪਰ ਸਿੱਖ ਭੇਖਧਾਰੀ ਸੰਤਾਂ ਦੇ ਦਰਵਾਜ਼ੇ ਤੇ ਹੱਥ ਜੋੜ ਕੇ ਖਲੋਤਾ, ਸਾਡਾ ਗੁਰੂ ਨਾਲ ਰਿਸ਼ਤਾ ਕੀ ਰਹੇਗਾ।
ਕਬੀਰ ਵੀ ਕਹਿੰਦਾ ਮੈਂ ਪਸੰਦ ਨਹੀਂ ਕਰਦਾ, ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਵੀ ਕਹਿੰਦਾ ਮੈਂ ਪਸੰਦ ਨਹੀਂ ਕਰਦਾ। ਪਰ ਆ ਜਿੰਨੇ ਡੇਰੇ ਚੱਲ ਰਹੇ ਨੇ ਪਖੰਡਵਾਦ ਦੇ, ਇਹਨਾਂ ਨੂੰ ਚੱਲਣ ਵਾਲਾ ਕੌਣ ਹੈ? ਸਿੱਖ ਪਕਵਾਨ ਵਾਲਾ ਅਸੀਂ ਤੁਸੀਂ, ਅਤੇ ਫਿਰ ਸਾਡਾ ਗੁਰੂ ਨਾਲ ਕੀ ਰਿਸ਼ਤਾ ਰਿਹਾ? ਅਸੀਂ ਬਾਬਾ ਕਬੀਰ ਨੂੰ ਬਾਣੀ ਰੂਪ ਵਿੱਚ ਮੱਥੇ ਕਿਉਂ ਟੇਕੀ ਜਾ ਰਹੇ? ਗਾਉਣ ਦੀ ਗੱਲ ਤਾਂ ਸਾਡੇ ਨਾਲ ਸੰਬੰਧ ਹੀ ਨਹੀਂ ਰੱਖਦੇ। ਕਹਿੰਦੇ ਨੇ ਐਸੇ ਸੰਤ ਨਾਮੋ ਕੋ ਭਾਵੇ ਗੱਲ ਸੁਪੇ ਡਗ ਟਿਕਾਵੇ। ਕਹਿਣ ਲੱਗੇ ਉਹ ਭਲਿਓ ਫਲ ਖਾਣ ਵਾਲੇ ਤੇ ਲੋਕ ਕਈ ਹੁੰਦੇ ਨੇ ਫਲ ਖਾਂਦੇ, ਪਰ ਕੁਛ ਲੋਕ ਐਸੇ ਜ਼ਾਲਮ ਹੁੰਦੇ ਨੇ, ਡਾਲਾ ਕਹਿੰਦੇ ਨੇ ਡਾਲੀਆਂ ਨੂੰ, ਟਾਣੀਆਂ ਨੂੰ, ਪੇਡਾ ਕਹਿੰਦੇ ਨੇ ਪੇੜ ਨੂੰ, ਦਰਖਤ ਨੂੰ। ਗਟਕਾਵੇਂ ਦਾ ਅਰਥ ਹੁੰਦਾ ਗਟਾਰ ਜਾਣਾ, ਛੱਡਦੇ ਨੇ ਡਾਲੀਆਂ ਛੱਡਦੇ ਨੇ, ਨਾ ਹੀ ਪੇੜ ਛੱਡਦੇ ਨੇ। ਜਿਹਦਾ ਫਲ ਖਾਂਦੇ ਨੇ ਉਹ ਪੂਰਾ ਹੀ ਬਰਬਾਦ ਕਰ ਦਿੰਦੇ ਨੇ, ਜਿਸ ਕੌਮ ਵਿੱਚੋਂ ਪਲਦੇ ਨੇ ਉਸ ਕੌਮ ਨੂੰ ਹੀ ਭਰਮ ਦੇ ਰਸਤੇ ਪਾ ਕੇ ਬਰਬਾਦ ਕਰ ਦਿੰਦੇ ਨੇ। ਫੈਸਲਾ ਬਾਬਾ ਕਬੀਰ ਜੀ ਕਹਿੰਦੇ ਨੇ ਕੁਛ ਨਹੀਂ ਰਹਿੰਦਾ ਜਿਹੜੀ ਇਹਨਾਂ ਤੇ ਆਧਾਰਿਤ ਹੋ ਜਾਏ। ਤੇ ਕਹਿੰਦੇ ਨੇ ਨਿਸ਼ਾਨੀ ਇਹਨਾਂ ਦੀ ਕੀ ਹੈ? ਦਿਖਾਵਾ ਪਖੰਡ ਦਾ ਕਿਵੇਂ ਕਰਦੇ? ਬਸਨ ਮਾਨ ਚੜਾਵੇ ਉੱਪਰ, ਦੁਨੀਆਂ ਨੂੰ ਕਹਿੰਦੇ ਅਸੀਂ ਬੜੇ ਪਵਿੱਤਰ। ਆ ਦੇਖ ਲਓ, ਅਸੀਂ ਕਿਸੇ ਦੇ ਹੱਥ ਦਾ ਖਾਣਾ ਨਹੀਂ ਖਾਂਦੇ, ਸਾਡੇ ਲਈ ਸਪੈਸ਼ਲ ਖਾਣੇ ਬਣਦੇ ਅਸੀਂ ਬਣਾਉਂਦੇ ਹਾਂ। ਕੋਈ ਸਾਧ ਸੰਤ ਘਰ ਆਇਆ ਹੋਵੇ, ਅਸੀਂ ਆਪਣੇ ਬੱਚਿਆਂ ਨੂੰ ਆਪਣੇ ਕਿਚਨ ਦੇ ਨੇੜੇ ਵੀ ਜਾਣ ਦਿੰਦੇ, ਮਹਾਂਪੁਰਸ਼ਾਂ ਲਈ ਭੋਜਨ ਬਣਦੇ ਆ। ਪਹਿਲਾਂ ਉਹ ਚੱਕਣਗੇ, ਭਾਵੇਂ ਬੱਚਾ ਕੋਲ ਥਾਲੀ ਲੈ ਕੇ ਵਿਚਾਰਾ ਰੋਂਦਾ ਭੁੱਖ ਲੱਗੀ ਹੋਵੇ, ਉਹਦੀ ਤਲੀ 'ਤੇ ਭੋਜਨ ਨਹੀਂ ਰੱਖਣਾ, ਸਾਧ ਨੂੰ ਖਵਾਉਣਾ ਪਹਿਲਾਂ ਬਹੁਤ ਜ਼ਰੂਰੀ। ਇਹ ਗੱਲਾਂ ਨਹੀਂ ਬਾਣੀ ਦੀ ਗੱਲਾਂ, ਸੰਤ ਸੰਗਤ ਦੀ ਲੋੜ ਹੈ। ਜਿੰਨੀ ਦੇਰ ਅਸੀਂ ਇਸ ਜ਼ਿਲ੍ਹੇ ਦੇ ਵਿੱਚੋਂ, ਇਸ ਚਿੱਕੜ ਵਿੱਚੋਂ ਨਹੀਂ ਨਿਕਲਦੇ, ਆਪਣੇ ਆਪ ਨੂੰ ਪਵਿੱਤਰ ਨਹੀਂ ਕਰ ਸਕਾਂਗੇ। ਪਰ ਬਾਬਾ ਕਬੀਰ ਬੜੇ ਸਪਸ਼ਟ ਹੋ ਕੇ ਕਹਿੰਦੇ ਨੇ, ਕਹਿੰਦੇ ਨੇ ਮੈਂ ਇਹਨਾਂ ਦੀ ਪਵਿੱਤਰਤਾ ਅੱਖੀ ਦੇਖੀ। ਬਸਨ ਮਾਂਜ ਚੜਾਵੇ ਉੱਪਰ ਕਾਠੀ ਧੋਏ ਜਲਾਵੇ। ਬਸਨ ਭਾਵ ਬਰਤਨ, ਬਸਨ ਮਾਂਜ ਮਾਂਜਣਾ, ਬਰਤਨ ਮਾਂਜ ਕੇ ਸਾਫ ਸੁਥਰੇ ਕਰਕੇ ਤੇ ਚੜਾਉਂਦੇ ਨੇ ਭੋਜਨ ਬਣਾਉਣ ਲਈ। ਕਾਠੀ, ਕਾਠੀ ਦਾ ਮਤਲਬ ਹੁੰਦਾ ਕਾਠ, ਲੱਕੜਾਂ। ਤੇ ਇੰਨੇ ਆਪਣੇ ਆਪ ਦੀ ਲੋਕਾਂ ਚ ਢਾਂਗ ਜਮਾਉਣ ਲਈ ਪਵਿੱਤਰਤਾ ਦਰਸਾਉਂਦੇ ਨੇ ਕਿ ਸਾਡੇ ਭੋਜਨ ਬਣਾਉਣ ਲੱਗੇ ਆ ਜਿਹੜੀਆਂ ਲੱਕੜਾਂ ਵੀ ਜਲਾਓ, ਉਹਨੂੰ ਪਹਿਲਾਂ ਧੋ ਲਓ, ਕਿਤੇ ਅਪਵਿੱਤਰ ਨਾ ਰਹਿਣ ਦਾ ਵੀ ਇਸ਼ਨਾਨ ਕਰਾ ਲਓ। ਬਹੁਤ ਦੇਰ ਹੋਈ, ਮੈਂ ਇੱਕ ਵਾਰ ਤੁਹਾਡੇ ਨਾਲ ਲਿਖੋ ਸਾਂਝਾ ਕੀਤਾ ਸੀ। ਸਾਡੇ ਇਹੋ ਜਿਹੀਆਂ ਟਕਸਾਲਾਂ ਦੇ ਅਤੇ ਡੇਰਿਆਂ ਦੇ ਨਾਲ ਸੰਬੰਧ ਰੱਖਣ ਵਾਲੇ ਮੇਰੇ ਦਾਸ ਦੇ ਸਮੇਂ ਚਾਰ ਜਥੇਦਾਰ ਜਿਹੜੇ ਨਾਲ ਸਨ, ਸਾਰੇ ਟਕਸਾਲੀਏ ਸਨ ਘੁੰਮਣ ਤੋਂ। ਇੱਕ ਦਿਨ ਸਮਾਗਮ ਤੋਂ ਵਾਪਸ ਆਏ, ਘਰ ਪਤਾ ਘਰ ਵਾਪਸ ਆਏ, ਨੇੜੇ ਸੀ ਜ਼ੀਰਕਪੁਰ, ਅਤੇ ਮੈਂ ਆਖਿਆ ਵੀ ਆਪਾਂ ਘਰੋਂ ਨਿਕਲੀਏ। ਸਾਰੇ ਉੱਥੇ ਆ ਗਏ। ਸਾਡੇ ਘਰ ਇੱਕ ਨੌਕਰ ਰੱਖਿਆ ਹੋਇਆ ਸੀ, ਕਹਿੰਦੇ ਘਰ ਦਾ ਭੋਜਨ ਨਹੀਂ ਸਰ, ਤੁਸੀਂ ਘਰ ਨੌਕਰ ਅੰਮ੍ਰਿਤਧਾਰੀ ਨਹੀਂ ਰੱਖਿਆ ਹੋਇਆ। ਖੈਰ ਫਰੂਟ ਛੱਕ ਲਓ, ਚਲੋ ਫਰੂਟ ਛੱਕ ਲਓ। ਸਾਡੇ ਕੋਲ ਮੇਵਾ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਅੱਜ ਪੰਜ ਮਿੰਟ ਜ਼ਿਆਦਾ 10 ਮਿੰਟ ਹੋ ਜਾਣ ਕਿਉਂਕਿ ਸ਼ੁਰੂ ਹੋਈ ਪ੍ਰਬੰਧ ਕੀ। ਮੇਵਾ ਸਿੰਘ ਡਰਾਈਵਰ ਹੁੰਦਾ ਸੀ, ਅਤੇ ਉਹ ਸ਼੍ਰੋਮਣੀ ਕਮੇਟੀ ਵਿੱਚ ਇਹਨਾਂ ਲੋਕਾਂ ਨਾਲ ਰੋਲ ਰਹਿ ਰਹਿ ਕੇ ਬੜਾ ਖੁੱਲ੍ਹੇ ਵਿਚਾਰਾਂ ਦਾ ਹੋ ਗਿਆ ਸੀ। ਉਹਨੂੰ ਭੇਜਿਆ ਵੀ ਜਾ ਨੇੜੇ ਜ਼ੀਰਕਪੁਰ ਤੋਂ ਕੋਈ ਫਰੂਟ ਲੈ ਆ, ਸੰਤਰੇ ਲੈ ਆ, ਕੇਲੇ ਲੈ ਆ। ਛੋਟਾ ਸ਼ਹਿਰ ਸੀ, ਉੱਥੋਂ ਇਹ ਚੀਜ਼ਾਂ ਮਿਲਦੀਆਂ ਸਨ।
ਲੈ ਆਇਆ, ਉਹਨੇ ਥਾਲ ਵਿੱਚ ਪਾ ਕੇ ਲਿਆ ਕੇ ਅੱਗੇ ਰੱਖੇ। ਕਹਿੰਦੇ ਉਹ ਮੇਰਾ ਸਿਹਾ ਕੀ ਕੀਤਾ, ਇਸ਼ਨਾਨ ਨਹੀਂ ਕਰਾਇਆ ਇਹਨਾਂ ਨੂੰ, ਪਹਿਲਾਂ ਇਹਨਾਂ ਨੂੰ ਇਸ਼ਨਾਨ ਕਰ ਤੇ ਫਰੂਟ ਕਰ। ਉਹ ਵੀ ਬੜਾ ਲੱਗ ਗਿਆ ਸੀ, ਮੇਰੇ ਨਾਲ ਹੜੀ ਵੀ ਸੀ ਸਿੰਘ ਜੀ ਨੂੰ ਪਤਾ ਲਿਆ। ਉਹ ਵੀ ਬੜਾ ਮਜ਼ਾਕੀਆ ਸੀ, ਉਹਨੇ ਕੀਤਾ ਜਾ ਕੇ ਕੇਲੇ ਛਿੱਲ ਲੈ, ਸੰਤਰੇ ਛਿੱਲ ਲੈ ਅਤੇ ਉਹਨਾਂ ਨੂੰ ਪਾਣੀ ਦੀ ਬਾਲਟੀ ਵੀ ਪਾ ਦਿੱਤਾ। ਪਾਣੀ ਦੀ ਬਾਲਟੀ ਛਿੱਲ ਕੇ ਕੇਲੇ ਸੰਤਰੇ ਪਾ ਕੇ ਲਿਆ ਕੇ ਉਹਨਾਂ ਨੇ ਬਾਲਟੀ ਰੱਖ ਦਿੱਤੀ, ਮਾਰਾ ਤੂੰ ਰੱਖੋਗੇ ਹੱਥ ਜੁੱਟੇ ਲੱਗੇ ਆਪੇ ਕੰਢੀ ਚਲੋ। ਹੱਸ ਪੈਣ ਲੱਗੇ ਮੇਵਾ ਸਿੰਘ ਤੂੰ ਬੜਾ ਸ਼ਾਇਰ। ਪ੍ਰਭਾਵ ਦੇਣ ਵਾਲੇ ਲੋਕ ਆਪਣੇ ਆਪ ਨੂੰ ਪਵਿੱਤਰ ਰੱਖਵਾਉਂਦੇ ਨੇ। ਗੁਰੂ ਨੇ ਬਾਣੀ ਵਿੱਚ ਵੀ ਆਖਦੇ ਬਕਬੀਰ ਜੀ ਨੇ ਕਹਿਣ ਲੱਗੇ, ਕਹਿੰਦੇ ਨੇ ਕਾਠ ਦੇ ਲੱਕੜਾਂ ਵੀ ਜਿਹੜੇ ਸਾਡੇ ਭੋਜਨ ਵਾਸਤੇ ਬਣਾ ਬਾਲੋ ਨਾ, ਉਹਨਾਂ ਨੂੰ ਪਹਿਲਾਂ ਧੋ ਲਓ। ਬਾਹਰੋਂ ਜਿਹੜੀ ਮਿੱਟੀ ਹੋਏਗੀ ਪਤਾ ਨਹੀਂ ਉਹਨੂੰ ਕਿਹੜਾ ਕਿਹੜਾ ਹੱਥ ਲੱਗਿਆ ਹੋਵੇ, ਵਸੁੰਧਰਾ ਨੂੰ ਧਰਤੀ ਨੂੰ, ਜਦੋਂ ਇਹਨਾਂ ਦਾ ਸਾਧਾਂ ਦਾ ਚੁੱਲ੍ਹਾ ਵੱਖਰਾ ਹੁੰਦਾ, ਵੱਖਰੀ ਕਿਸਮ ਦਾ ਜਿਹੜੇ ਹਿੰਦੂ ਸਾਧੂ ਵੀ ਬਣਾਏ ਸੀ। ਅਤੇ ਧਰਤੀ ਨੂੰ ਖੋਲਦੇ ਹੋ ਨਾ ਥੱਲੇ ਇੰਨੇ, ਤਾਂ ਦੋਵਾਂ ਪਾਸੇ ਆਪੇ ਕੁਦਰਤੀ ਗੱਲ ਥੋੜ੍ਹੀ ਜਿਹੀ ਉੱਚੀ ਹੋ ਜਾਣੀ। ਉਹਦੇ ਵਿੱਚ ਅੱਗ ਬਾਲਦੇ ਸਨ, ਦੋਵਾਂ ਪਾਸੇ ਖੁੱਲ੍ਹੀ ਥਾਂ ਹੁੰਦੀ ਸੀ, ਉਹਦੇ ਉੱਪਰ ਪਤੀਲਾ ਰੱਖਦੇ ਸੀ। ਅਤੇ ਵਸੁਧਾ ਖੋਦ ਕੇ ਉੱਪਰ ਚੁੱਲ੍ਹਾ ਨਹੀਂ ਬਣਾਉਣਾ ਵਸੁਧਾ ਦੇ ਬਦਲ, ਬਲਕਿ ਵਸੁਧਾ ਨੂੰ ਖੋਦ ਕੇ ਹੇਠੋਂ ਮਿੱਟੀ ਕੱਢਣੀ, ਤਾਂ ਕਿ ਧਰਤੀ ਦਾ ਜਿਹੜਾ ਥੱਲੇ ਵਾਲਾ ਹਿੱਸਾ ਹੈ ਉਹ ਕਿਸੇ ਦੀ ਛੋਹ ਵਾਲਾ ਨਹੀਂ, ਉਹ ਪਵਿੱਤਰ ਹੈ। ਵਸੁਧਾ ਖੋਦ ਕਰੇ ਦੋਏ ਚੁੱਲ੍ਹੇ, ਕਹਿਣ ਲੱਗੇ ਇੰਨੀ ਪਵਿੱਤਰਤਾ ਵਾਲੇ ਲੋਕ। ਬਾਬਾ ਕਬੀਰ ਜੀ ਦੇ ਲਫ਼ਜ਼ ਕਹਿਣ ਲੱਗੇ, ਮੈਂ ਦੇਖਿਆ ਉਹ ਪੂਰਾ ਪੂਰਾ ਮਨੁੱਖੀ ਹਰਮ ਕਰ ਜਾਂਦੇ ਨੇ, ਕਿਸੇ ਦੇ ਘਰ ਵਿੱਚ ਜਿੱਥੇ ਵੜ ਜਾਣ ਉੱਥੇ ਮਨੁੱਖਤਾ ਨੂੰ ਹਰਮ ਕਰ ਜਾਂਦੇ ਨੇ, ਉੱਥੇ ਪਵਿੱਤਰ ਖਵਾਉਂਦੇ ਨੇ। ਕਹਿਣ ਲੱਗੇ ਉਹ ਪਾਪੀ ਅਪਰਾਧੀ, ਹੁਣ ਸੋਚਿਓ ਆਮ ਇਹ ਪ੍ਰਚਾਰ ਹੈ ਇਹਨਾਂ ਵੱਲੋਂ ਕੀਤਾ ਹੋਇਆ, ਕਿਸੇ ਸੰਤ ਨੂੰ ਸੰਤ ਨਾ ਆਖਣਾ ਤਾਂ ਕਿਤੇ ਰਹਿ ਗਿਆ, ਪਾਪੀ ਕਹਿਣਾ ਤਾਂ ਕੋਈ ਆਸਾਨ ਹੈ। ਤੁਸੀਂ ਕਿਸੇ ਸੰਤ ਨੂੰ ਪਾਪੀ ਕਹਿ ਕੇ ਬੁਲਾਓ, ਤੁਸੀਂ ਆਪਣੇ ਆਪ ਹੀ ਕਰਦੀ ਜਾਓ। ਬਾਬਾ ਕਬੀਰਾ ਕਰੇ ਕਹਿੰਦਾ ਸੰਤ ਆਖਣਾ ਤਾਂ ਕਿਤੇ ਰਹਿ ਗਿਆ, ਮੇਰੇ ਕੋਲੋਂ ਕੋਈ ਪੁੱਛੇ ਤਾਂ ਮੈਂ ਸਮਝਣਾ, ਉਹ ਪਾਪੀ ਸਦਾ ਫਿਰੇ ਅਪਰਾਧੀ ਮੁੱਖੋਂ ਅਪਰਸ, ਅਪਰਸ ਦਾ ਮਤਲਬ ਸੰਤ ਤਿਆਗੀ ਜਿਹਦੇ ਨਾਲ ਕਿਸੇ ਦਾ ਸਤਰਸ ਸਭ ਚੀਜ਼ ਤੋਂ ਅਛੋ ਅਪਰਸ। ਕਹਿਣ ਲੱਗੇ ਮੁੱਖੋਂ ਆਪਣੇ ਆਪ ਨੂੰ ਸੰਤ ਅਖਵਾਉਂਦੇ ਨੇ, ਅਪਰਸ ਅਖਵਾਉਂਦੇ ਨੇ, ਹੈ ਪਾਪੀ। ਬਾਬਾ ਕਬੀਰ ਕਹਿੰਦਾ ਸਾਡੇ ਵਰਗਾ ਮਹਾਂਪੁਰਸ਼ ਕੋਈ ਨਹੀਂ, ਜਿਹਨੇ ਸਾਡੀ ਸੇਵਾ ਨਾ ਕੀਤੀ, ਜਿਹਨੇ ਸਾਡੀ ਅਵਗਿਆ ਕੀਤੀ, ਜਿਹਨੇ ਸਾਡੀ ਬੇਅਦਬੀ ਕੀਤੀ, ਘਰ ਬਰਬਾਦ ਹੋ ਗਿਆ। ਅਕਸਰ ਇਹੋ ਜਿਹੀਆਂ ਕਹਾਣੀਆਂ ਸੁਣਾਈਆਂ ਜਾਂਦੇ, ਪੁਰਾਣੇ ਮਹਾਂਪੁਰਸ਼ ਦੀ ਬੇਅਦਬੀ ਪੁਰਾਣੇ ਨੇ ਕੀਤੀ, ਘਰ ਹੀ ਬਰਬਾਦ ਹੋ ਗਿਆ। ਇਉਂ ਡਰਾਵੇ ਦੇਣੇ ਪਖੰਡੀ ਸਾਧ ਹੈ ਉਹ ਕਿਵੇਂ ਹੈ। ਕਹਿਣ ਲੱਗੇ ਉਹਦੇ ਕਰਮ ਇਹੋ ਜਿਹੇ ਨੇ, ਆਪਣੇ ਕਰਮਾਂ ਕਰਕੇ ਰੱਬ ਨੇ ਉਹਦੀ ਝੋਲੀ ਤੇ ਪਖੰਡ ਤੇ ਬੁਰਾਈਆਂ ਪਾਈਆਂ ਨੇ। ਜਿੰਨੀ ਦੇਰ ਉਹ ਗੁਰੂ ਕੋਲ ਨਹੀਂ ਪਹੁੰਚਦਾ, ਉਨੀ ਦੇਰ ਉਹ ਇਸ ਮਾਇਆ ਦੇ ਪਖੰਡ ਦੇ ਭਰਮ ਦੇ
इस चिक्कड़ विचों निकल नहीं सके। इसलिए क्योंकि मेरे रब ने उन्होंने जीवन की हालत कर्मां की हालत वेख के ही उन्होंने इस पासे लाया है। फैसला बाबा कबीर जी आखिरी लाइन विच करदे ने, कहिंदे जित खोला सिख अखवाण वाला बिल्कुल इस अज्ञानी पुरश मन खामोश बैठा, जरूरत ही नहीं कर रहा कि सच न सच तो झूठ न झूठ आ झूठ बढ़ रहा है, बलवान हो रहा है। मेरे सामने कोई नहीं बोलता, जरा बोलेगा उन्होंने आखिरी पापी है, इस ये पापी है, गुनाहगार है, सामने अड़दा है, सामने रखता है। इस चीज नाल कौम का भविख तबाह हो रहा है। डाला सिंह पेड़ा गटकावे वाली हालत हो रही, डालियां टाणियां पेड़ पूरा ही गटका गया, नकार रहे हैं, नकार रहे हैं। जे असी इन्हां फुल खाण वालियां नूं, फल खाण वालियां नूं, डालियां समेत पूरा पेड़ कौमी हजम करन दा हक दे दिता, कौम की हौत कायम नहीं रहनी, कायम नहीं रहना। बच्चे निराश हो जाएंगे, बच्चे नास्तिक हो जाएंगे। साडा इहो धर्म है जिथे एक पाप नूं पूजिया जांदा है, साडा इहो धर्म है जिथे बेइंसाफी की पूजा होंदी है, की जवाब देंगे। इसलिए बाबा कबीर जी का अज का शब्द जिहड़ा पहला लड़ी विच निजम नाल आया है, तो मैं तुहाडे नाल सांझा कीता है। उनके विचों शक्ति प्रदान होंदी है कि सच न सच कहे, जिमें सतगुरु ने बाणी विच आख्या, जिवे यह करम कमांदे तिवे यह फल ते पैसा पैदा सी गया। चब्बे तत्ता लोह सार विच संगे फल ते, जिहड़ा लोहे के गर्म दाणियां नूं, लोहे के गर्म टुकड़िया नूं मूंह च पाएगा, वह मत यह अंदाजा लगाए कि मेरा ममू सलामत रहेगा, सड़ जाएगा, जल जाएगा। इसलिए अपराध के पाप की इस अग न हजम ना करो, पाप के अपराध की इस अग न
ਕੇਵਲ ਇਹ ਵੇਖ ਕੇ ਕਿ ਇਹਨਾਂ ਦਾ ਰੰਗ ਬੜਾ ਸੋਹਣਾ ਹੈ, ਲਾਲ ਲਾਲ ਰੰਗ ਹੈ, ਇਹ ਇਹਨਾਂ ਪਛਾਣੀਏ ਕਿ ਇਹ ਤਾਂ ਪਖੇ ਹੋਏ ਅੰਗਾਰ ਨੇ, ਉਹਨਾਂ ਦਾ ਰੰਗ ਵੀ ਲਾਲ ਹੁੰਦਾ ਹੈ, ਰੰਗ ਖੂਬਸੂਰਤ ਹੁੰਦਾ ਹੈ। ਅੱਜ ਸਾਨੂੰ ਜ਼ਰੂਰਤ ਹੈ ਸਮਾਜ ਵਿੱਚ ਚੰਗੇ ਅਤੇ ਮੰਦੇ ਦੀ ਪਛਾਣ ਕਰਨ ਦੀ, ਤਾਂ ਕਿ ਬਾਬਾ ਕਬੀਰ ਜੀ ਦੇ ਇਹਨਾਂ ਲਫਜ਼ਾਂ ਨੂੰ ਸਕਾਰਥ ਕਰ ਸਕੀਏ। ਇਹਨਾਂ ਲਫਜ਼ਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਰਾਮ ਕਲੀ ਮਹਲਾ ਤੀਜਾ, ਆਨੰਦ ਕਿਉਂ ਕਾਰ ਸਤਿਗੁਰ ਪ੍ਰਸਾਦ।